ਚਾਈਨਾ ਤੋਂ ਫੈਲਿਆ ਘਾਤਕ ਕੋਰੋਨਾ ਵਾਇਰਸ, ਜਿਸਦਾ ਹੁਣ ਭਾਰਤ ਅਤੇ ਪੰਜਾਬ ਤੇ ਵੀ ਅਸਰ ਵੇਖਿਆ ਜਾ ਰਿਹਾ ਹੈ। ਬੇਸ਼ੱਕ ਸਿਹਤ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਮੂੰਹ ਢੱਕ ਕੇ ਰੱਖਿਆ ਜਾਵੇ ਅਤੇ ਸੈਨੀਟਾਈਜ਼ਰ ਦੇ ਨਾਲ ਹੱਥ ਹਮੇਸ਼ਾ ਧੋਤੇ ਜਾਣ, ਪਰ ਬਾਜ਼ਾਰਾਂ ਵਿੱਚ ਕਿਉਂ ਹੈ ਇਸ ਨੂੰ ਲੈ ਕੇ ਹਰ ਕੰਪ। ਜਿਹੜਾ ਹੈਂਡ ਵਾਸ਼ ਕਰਨ ਵਾਲਾ ਸੈਨੀਟਾਈਜ਼ਰ ਵਾ ਉਹ ਤਾਂ ਬਿਲਕੁਲ ਨਹੀਂ ਮਿਲ ਰਿਹਾ, ਅਤੇ ਜਿਹੜਾ ਮਾਸਕ ਵਾ ਉਹ 10 ਰੁਪਏ ਦੀ ਚੀਜ਼ ਆ ਅਤੇ ਉਹ ਜੇ ਬਲੈਕ 'ਚ ਮਿਲਦਾ ਉਹ 30 ਰੁਪਏ ਦਾ ਮਿਲ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰਿਓ, ਕੋਰੋਨਾ ਵਾਇਰਸ ਜਿਸ ਨੂੰ ਲੈ ਕੇ ਹਰ ਆਮ ਅਤੇ ਖਾਸ ਵਿਅਕਤੀ ਕਿਤੇ ਨਾ ਕਿਤੇ ਡਰ ਦੇ ਮਾਹੌਲ ਵਿੱਚ ਜੀ ਰਿਹਾ ਹੈ, ਅਤੇ ਇਸ ਕੋਰੋਨਾ ਵਾਇਰਸ ਦੇ ਖਤਰੇ ਨੇ ਹੁਣ ਬਾਜ਼ਾਰਾਂ ਵਿੱਚ ਵੀ ਡਰ ਦਾ ਮਾਹੌਲ ਬਣਾ ਦਿੱਤਾ ਹੈ, ਜੋ ਕਿ ਇਸ ਵਾਇਰਸ ਤੋਂ ਬਚਣ ਵਾਸਤੇ ਪ੍ਰਯੋਗ ਵਿੱਚ ਆਉਣ ਵਾਲੇ ਸਮਾਨ ਨੂੰ ਰੱਖਣ ਵਾਲੇ ਅਤੇ ਹੱਥ ਸਾਫ਼ ਕਰਨ ਵਾਲੇ ਸੈਨੇਟਾਈਜ਼ਰ ਤੋਂ ਹੈ। ਬੇਸ਼ੱਕ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਬਹੁਤ ਘੱਟ ਮਾਮਲੇ ਅਜੇ ਤੱਕ ਸਾਹਮਣੇ ਪੋਜ਼ਿਟਿਵ ਆਏ ਨੇ, ਪਰ ਫਿਰ ਵੀ ਇਸ ਵਾਇਰਸ ਤੋਂ ਬਚਾਵ ਕਰਨ ਵਾਸਤੇ ਹਰ ਕੋਈ ਆਪਣੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਦਾ ਅਸਰ ਬਾਜ਼ਾਰਾਂ ਵਿੱਚ ਤੁਸੀਂ ਮਹਿਸੂਸ ਕਰ ਸਕਦੇ ਹੋ, ਕਿਉਂਕਿ ਬਾਜ਼ਾਰਾਂ ਵਿੱਚ ਮੈਡੀਕਲ ਦੀਆਂ ਦੁਕਾਨਾਂ 'ਤੇ ਨਾ ਤਾਂ ਹੁਣ ਮਾਸਕ ਮਿਲ ਰਹੇ ਨੇ ਅਤੇ ਨਾ ਹੀ ਸੈਨੀਟਾਈਜ਼ਰ, ਅਤੇ ਅਗਰ ਇਹ ਮਿਲ ਵੀ ਰਹੇ ਨੇ ਤਾਂ ਉਹ ਬਲੈਕ ਦੇ ਵਿੱਚ ਅਵੇਲੇਬਲ ਕਰਵਾਏ ਜਾ ਰਹੇ ਨੇ, ਜਿਸ ਦੇ ਚੱਲਦਿਆਂ ਜਿੱਥੇ ਗਾਹਕ ਪਰੇਸ਼ਾਨ ਨੇ ਉੱਥੇ ਹੀ ਵਿਕਰੇਤਾ ਵੀ ਸ਼ਸ਼ੋ ਪੰਜ ਵਿੱਚ ਪਏ ਹੋਏ ਨੇ, ਪਰ ਮੋਟੀ ਕਮਾਈ ਕਰ ਰਹੇ ਨੇ। ਦੇਖੋ ਜੀ, ਅਸੀਂ ਬਹੁਤ ਜ਼ਿਆਦੀਆਂ ਦੁਕਾਨਾਂ 'ਤੇ ਜਾ ਚੁੱਕੇ ਹਾਂ, ਜਿਹੜਾ ਹੈਂਡ ਵਾਸ਼ ਕਰਨ ਵਾਲਾ ਸੈਨੇਟਾਈਜ਼ਰ ਵਾ ਉਹ ਤਾਂ ਬਿਲਕੁਲ ਨਹੀਂ ਮਿਲ ਰਿਹਾ, ਅਤੇ ਜਿਹੜਾ ਮਾਸਕ ਵਾ ਉਹ 10 ਰੁਪਏ ਦੀ ਚੀਜ਼ ਆ ਅਤੇ ਉਹ ਜੇ ਬਲੈਕ 'ਚ ਮਿਲਦਾ ਉਹ 30 ਰੁਪਏ ਦਾ ਮਿਲ ਰਿਹਾ ਇਸ ਟਾਈਮ ਸਾਨੂੰ। ਅਤੇ ਅਸੀਂ ਚਾਹੁੰਦੇ ਹਾਂ ਕਿ ਜਨਤਾ ਦੀ ਰੱਖਿਆ ਕਰਨ ਲਈ ਇਹ ਚੀਜ਼ਾਂ ਸਾਨੂੰ ਤੁਰੰਤ ਮਿਲ ਜਾਣ ਅਤੇ ਜਨਤਾ ਇਸ ਵਾਇਰਸ ਤੋਂ ਬਚ ਸਕੇ। ਭਾਅ ਜੀ, ਆਪਾਂ ਜਿੱਦਾਂ ਸੁਲਤਾਨਪੁਰ ਸ਼ਹਿਰ ਵਿੱਚ ਹਾਂ, ਮੈਂ ਕਾਫੀ ਦੁਕਾਨਾਂ 'ਤੇ ਗਿਆ ਸੈਨੇਟਾਈਜ਼ਰ ਹੱਥ ਧੋਣ ਵਾਸਤੇ ਲੈਣ ਵਾਸਤੇ, ਕਿਉਂਕਿ ਇਹ ਸਕੂਲਾਂ ਵਿੱਚ ਕੰਪਲਸਰੀ ਕਰ ਦਿੱਤਾ ਬੱਚਿਆਂ ਕੋਲ ਸੈਨੇਟਾਈਜ਼ਰ ਅਤੇ ਮਾਸਕ ਹੋਣਾ ਜ਼ਰੂਰੀ ਆ। ਪਰ ਮੈਂ ਕਾਫੀ ਦੁਕਾਨਾਂ 'ਤੇ ਇੱਥੇ ਜਿੱਦਾਂ ਫਿਰਿਆ, ਸਾਨੂੰ ਨਾ ਹੀ ਸੈਨੇਟਾਈਜ਼ਰ ਮਿਲਿਆ ਹੈ ਨਾ ਮਾਸਕ ਮਿਲਿਆ ਹੈ। ਸਕੂਲਾਂ ਵਿੱਚ ਕੰਪਲਸਰੀ ਹੋਣ ਕਰਕੇ ਇਸਦੀ ਕਾਲਾਬਜ਼ਾਰੀ ਵੀ ਕਾਫੀ ਵੱਧ ਗਈ ਹੈ। ਜਿਹੜਾ ਮਾਸਕ ਅੱਗੇ 2 ਰੁਪਏ ਦਾ ਸੀ ਉਹ 25-25 30-30 ਰੁਪਏ ਦਾ ਸਾਨੂੰ ਮਿਲ ਰਿਹਾ ਜੀ, ਅਤੇ ਇਹ ਸਰਕਾਰ ਨੂੰ ਤਾਂ ਇਹ ਚਾਹੀਦਾ ਸਗੋਂ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਨੇ ਹਫ਼ਤਾ ਜਾਂ 2 ਹਫ਼ਤਿਆਂ ਲਈ, ਅਤੇ ਉਹਦੀ ਬਜਾਏ ਇਹ ਕਹਿ ਰਹੇ ਆ ਬੱਚਿਆਂ ਕੋਲ ਸੈਨੇਟਾਈਜ਼ਰ ਹੋਣਾ ਚਾਹੀਦਾ, ਮਾਸਕ ਹੋਣਾ ਚਾਹੀਦਾ। ਛੋਟੇ ਬੱਚਿਆਂ ਦੇ ਹੁਣ ਹੱਥ ਉੱਥੇ ਕੌਣ ਧਵਾਊਗਾ? ਇਹਦੇ ਵਿੱਚ ਸਾਨੂੰ ਕਾਫੀ ਦਿੱਕਤ ਆ ਰਹੀ ਹੈ, ਅਤੇ ਪੇਰੈਂਟਸ ਨੂੰ ਆਪਣੇ ਬੱਚਿਆਂ ਲਈ ਕਾਫੀ ਡਰ ਵੀ ਲੱਗ ਰਿਹਾ। ਇਹ ਤਾਂ ਸਕੂਲਾਂ ਵਿੱਚ ਚਾਹੀਦਾ ਕਿ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਨੇ। ਬਿਲਕੁਲ ਹੀ ਨਹੀਂ ਮਿਲਦਾ ਪਿਆ ਮਾਰਕੀਟ 'ਚ ਮਹਾਰਾਜ, ਇਹਦਾ ਕਾਰਨ ਹੈਗਾ ਕੋਰੋਨਾ ਵਾਇਰਸ ਦਾ ਕਰਕੇ, ਉਹਦਾ ਕਰਕੇ ਲੋਕਾਂ ਨੂੰ ਯੱਕਦਮ ਮਤਲਬ ਡਿਮਾਂਡ ਹੋ ਗਈ ਆ, ਇੱਕ ਵੀ ਪੀਸ ਨਹੀਂ ਹੈਗਾ ਮਾਰਕੀਟ ਦੇ ਵਿੱਚ ਇਸ ਵੇਲੇ। ਅਸੀਂ ਜਲੰਧਰ ਵੀ ਫੋਨ ਕੀਤਾ, ਲੁਧਿਆਣੇ ਵੀ ਕੀਤਾ, ਕਿਤੇ ਵੀ ਮਾਲ ਨਹੀਂ ਹੈਗਾ ਕਿਸੇ ਕੋਲ। ਕੀ ਕਾਰਨ ਹੈ ਜੀ? ਇਹਦਾ ਕਾਰਨ ਇਹੀ ਆ ਵੀ ਕੋਰੋਨਾ ਵਾਇਰਸ ਦਾ ਕਰਕੇ ਲੋਕਾਂ ਨੂੰ ਹੱਥਾਂ ਨੂੰ ਮਲਣ ਦੀ ਜ਼ਰੂਰਤ ਪੈ ਰਹੀ ਆ ਵੀ, ਇਹਦਾ ਕਰਕੇ ਜ਼ਿਆਦਾ। ਇਸ ਸਭ ਦੇ ਉੱਤੇ ਜਦੋਂ ਸਰਕਾਰੀ ਦਾਅਵਿਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਸਰਕਾਰੀ ਹਸਪਤਾਲ ਵਿੱਚ ਸਟਾਫ ਖੁਦ ਬਿਨਾਂ ਮਾਸਕ ਤੇ ਕੰਮ ਕਰ ਰਿਹਾ ਹੈ, ਤੇ ਜਦੋਂ ਵਾਇਰਸ ਤੋਂ ਬਚਣ ਵਾਸਤੇ ਮਾਸਕ ਅਤੇ ਸੈਨੀਟਾਈਜ਼ਰ ਦੀ ਉਪਲਬਧਤਾ ਦੀ ਗੱਲ ਹਸਪਤਾਲ ਸਟਾਫ ਤੋਂ ਕੀਤੀ ਗਈ ਤਾਂ ਕੋਈ ਸਾਫ਼ ਜਵਾਬ ਸਾਹਮਣੇ ਨਹੀਂ ਆਇਆ।
ਦੇਖੋ ਜੀ, ਕਰੋਨਾ ਵਾਇਰਸ ਜਿਹੜਾ ਹੈ ਇਸ ਟਾਈਮ ਡਰਾ ਤਾਂ ਰਿਹਾ ਹੈ, ਪਰ ਇਹਦੇ 'ਚ ਕੋਈ ਵੀ ਡਰਨ ਵਾਲੀ ਗੱਲ ਨਹੀਂ ਹੈ। ਸਭ ਤੋਂ ਪਹਿਲਾਂ ਅਸੀਂ ਲੋਕਾਂ ਨੂੰ ਇਹੀ ਸੁਜੈਸਟ ਕਰਾਂਗੇ ਅਤੇ ਸਾਡਾ ਮੈਸੇਜ ਵੀ ਇਹੀ ਹੈ ਉਹਨਾਂ ਨੂੰ ਕਿ ਇਸ ਚੀਜ਼ ਤੋਂ ਪੈਨਿਕ ਨਹੀਂ ਹੋਣਾ, ਡਰਨਾ ਨਹੀਂ ਬਿਲਕੁਲ। ਫਿਰ ਵੀ ਜੋ ਆਪਣਾ ਗਲੋਬਲੀ ਹਾਲਾਤ ਹੈ, ਹੋਰ ਕੰਟਰੀਜ਼ ਦੇ ਵਿੱਚ ਚੱਲ ਰਿਹਾ ਜਿਸ ਤਰ੍ਹਾਂ, ਉਹਦੇ ਮੱਦੇਨਜ਼ਰ ਅਸੀਂ ਆਪਣੇ ਆਪ ਨੂੰ ਤਿਆਰ ਰੱਖਿਆ ਹੋਇਆ ਹੈ। ਜਿਸ ਤਰ੍ਹਾਂ ਕਿ ਸਾਡੇ ਸਿਵਲ ਹੋਸਪਿਟਲ ਸੁਲਤਾਨਪੁਰ ਲੋਧੀ, ਅਸੀਂ ਆਈਸੋਲੇਸ਼ਨ ਵਾਰਡ ਫਿਲਹਾਲ 8 ਬੈੱਡ ਦਾ ਤਿਆਰ ਕਰ ਲਿਆ ਹੈ। ਇਸ ਦੇ ਨਾਲ ਹੀ ਸਾਡੇ ਕੋਲ 6 ਬੈੱਡ ਦਾ ਵੈਲ ਇਕਵਿਪਡ ICU ਹੈ। ਲੋਡ ਪੈਣ 'ਤੇ ਇਹ ਜਿਹੜੇ ਬੈੱਡ ਦੀ ਜਿਹੜੀ ਹੈ ਕਪੈਸਿਟੀ ਹੈ, ਇਹ ਅਸੀਂ ਹੋਰ ਵਧਾ ਸਕਦੇ ਹਾਂ, ਸਾਡੇ ਕੋਲ ਉਹਦਾ ਵੀ ਇੰਤਜ਼ਾਮ ਹੈ। ਇੱਥੇ ਮੈਂ ਦੱਸਣਾ ਚਾਹੂੰਗਾ ਵੀ ਇਸ ਦੇ ਨਾਲ ਹੀ ਅਸੀਂ ਕੁਛ ਪ੍ਰਾਈਵੇਟ ਹੋਸਪਿਟਲ ਵੀ ਇੰਪੈਨਲ ਕੀਤੇ ਆ, ਜਿਨ੍ਹਾਂ ਨੂੰ ਅਸੀਂ ਕਹਿਤਾ ਕਿ ਉਹ ਵੀ ਆਪਣੀ ਤਿਆਰੀ ਪੂਰੀ ਰੱਖਣ ਅਤੇ ਇੱਕ ਪਰਟੀਕੁਲਰਲੀ ਕੁਛ ਬੈੱਡ ਇਹਨਾਂ ਨੂੰ ਡੈਡੀਕੇਟ ਕਰ ਦੇਣ ਤਾਂ ਕਿ ਲੋੜ ਪੈਣ 'ਤੇ ਇਸਤੇਮਾਲ ਕੀਤੇ ਜਾ ਸਕਣ। ਬਾਕੀ ਅਸੀਂ ਸਕਰੀਨਿੰਗ ਟਰੇਸਿੰਗ ਇਹੋ ਜਿਹੇ ਮਰੀਜ਼ਾਂ ਦੀ ਸ਼ੁਰੂ ਕਰ ਦਿੱਤੀ ਹੈ ਅੱਜ ਤੋਂ ਹੀ, ਜਿਹਦੇ ਵਿੱਚ ਆਸ਼ਾ ਵਰਕਰ, ਆਂਗਨਵਾੜੀ, ANM ਜਾਂ ਹੋਰ ਵਰਕਰ ਉਹਨਾਂ ਨੂੰ ਘਰ ਘਰ ਜਾ ਕੇ ਕੋਈ ਇਹੋ ਜਿਹੇ ਕੇਸ ਜਿਹੜੇ ਉਹਨਾਂ 'ਚ ਕੁਛ ਲੱਛਣ ਜਿਹੜੇ ਕਿ ਕਰੋਨਾ ਵਾਇਰਸ ਕਰਕੇ ਹੋ ਸਕਦੇ ਨੇ ਪਾਏ ਜਾਂਦੇ ਆ, ਤਾਂ ਉਹ ਸਾਨੂੰ ਲਿਸਟ ਬਣਾ ਕੇ ਦੇਣਗੇ। ਅਸੀਂ ਆਪਣੇ ਇੱਥੇ ਦੇ ਆਪਣੇ ਨੋਡਲ ਅਫਸਰ ਤੋਂ ਜਾਂਚ ਕਰਾਵਾਂਗਾ, ਜੇ ਲੋੜ ਪੈਂਦੀ ਹੈ ਤਾਂ ਦਾਖਲ ਵੀ ਕਰਾਂਗੇ। ਉਹ 14 ਦਿਨ ਲਈ ਅਸੀਂ ਉਹਨੂੰ ਉਹਦਾ ਖਿਆਲ ਰੱਖਾਂਗੇ ਆਈਸੋਲੇਸ਼ਨ। ਜਿੱਦਾਂ ਸਰ ਸੈਨੇਟਾਈਜ਼ਰ ਅਤੇ ਮਾਸਕ ਜਿਹੜੇ ਆ ਉਹ ਕਿਵੇਂ ਪ੍ਰੋਵਾਈਡ ਕੀਤੇ ਗਏ ਆ? ਮੈਂ ਜਦੋਂ ਇੰਟਰ ਹੋਇਆ ਤਾਂ ਦੇਖਿਆ ਕਿ ਆਪਣੇ ਜਿਹੜੇ ਸਟਾਫ ਸੀ ਉਹਦੇ ਵੀ ਮਾਸਕ ਨਹੀਂ ਪਾਏ ਹੋਏ ਸੀਗੇ। ਦੇਖੋ ਜੀ, ਇਸ ਤਰ੍ਹਾਂ ਹੁੰਦਾ, ਮਾਸਕ ਅਸੀਂ ਸਾਰਿਆਂ ਨੂੰ ਪ੍ਰੋਵਾਈਡ ਕੀਤੇ ਹੋਏ ਆ, ਜਦਕਿ ਕੁਛ ਦੇਰ ਬਾਅਦ ਇਹ ਮਾਸਕ ਅਸੀਂ ਡਿਸਕਾਰਡ ਕਰਨਾ ਹੀ ਹੁੰਦਾ ਹੈ, ਠੀਕ ਹੈ। ਉਸ ਤੋਂ ਬਾਅਦ ਜੇ ਕੋਈ ਸਸਪੈਕਟਡ ਮਰੀਜ਼ ਲੱਗਦਾ ਕਿ ਸਾਨੂੰ ਸਾਡੇ ਕੋਲ ਹੈ, ਅਸੀਂ ਜਦੋਂ ਉਹਦੇ ਕੋਲ ਜਾਂਦੇ ਹਾਂ ਅਸੀਂ ਆਪਣਾ ਉਦੋਂ ਹੀ ਮਾਸਕ ਪਾਉਂਦੇ ਹਾਂ, ਠੀਕ ਹੈ ਜੀ। ਸਰ, ਇੱਕ ਡਾਕਟਰਾਂ ਦੀ ਕਮੀ ਹੋਣ ਕਾਰਨ ਮਰੀਜ਼ਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ। ਡਾਕਟਰਾਂ ਦੀ ਕਮੀ ਦੇਖੋ ਜੀ, ਇਕੱਲੇ ਇਸ ਹੋਸਪਿਟਲ ਵਾਸਤੇ ਨਹੀਂ ਹੈ, ਪੰਜਾਬ ਦੇ ਕੋਈ ਹੋਰ ਹੋਸਪਿਟਲਾਂ 'ਚ ਵੀ ਹੈ, ਜਿਹਦੇ ਬਾਰੇ ਅਸੀਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਹਰ ਮਹੀਨੇ ਸੂਚਿਤ ਕਰਦੇ ਹਾਂ। ਉਹਨਾਂ ਦਾ ਵੀ ਅੱਗੋਂ ਉਸ ਤੋਂ ਅੱਗੇ ਜਿਹੜੇ ਸੀਨੀਅਰ ਅਧਿਕਾਰੀ ਉਹਨਾਂ ਨੂੰ ਸੂਚਿਤ ਕੀਤਾ ਜਾਂਦਾ ਅਤੇ ਮੰਤਰਾਲੇ ਤੱਕ ਵੀ ਦੱਸਿਆ ਜਾਂਦਾ। ਉਮੀਦ ਹੈ ਕਿ ਜਲਦੀ ਹੀ ਇਹ ਸਮੱਸਿਆ ਹੱਲ ਹੋ ਜਾਵੇ। ਕਿੰਨੀਆਂ ਪੋਸਟਾਂ, ਕਿੰਨੇ ਡਾਕਟਰ ਤਨਾਤ ਆ? ਕੁੱਲ ਪੋਸਟਾਂ ਦੇਖੋ ਜੀ, ਸਾਡੇ ਕੋਲ ਡਾਕਟਰ ਦੀ ਹੈਗੀ ਸਪੈਸ਼ਲਿਸਟ ਡਾਕਟਰ, ਇਸ ਟਾਈਮ 9 ਪੋਸਟਾਂ ਨੇ, ਜਿਨ੍ਹਾਂ ਵਿੱਚੋਂ 6 ਹੈ ਨੇ। ਜਿਹੜੇ ਮੈਡੀਕਲ ਆਪਣਾ ਐਮਰਜੈਂਸੀ ਮੈਡੀਕਲ ਆਫਿਸਰ ਨੇ ਉਹਨਾਂ ਦੇ ਸਾਡੇ ਕੋਲ 6 ਪੋਸਟਾਂ ਨੇ ਅਤੇ ਸਾਡੇ ਕੋਲ 3 ਭਰੀਆਂ ਹੋਈਆਂ। ਸਮੱਸਿਆ ਹੈ ਕੁਛ ਸਫਾਈ ਸੇਵਕਾਂ ਦੀ ਹੈ, ਜਾਂ ਕਲਾਸ 4 ਹੈ, ਉਹ ਰਿਟਾਇਰ ਹੋ ਗਏ ਨੇ, ਉਹਨਾਂ ਦੀ ਜਗ੍ਹਾ ਹਜੇ ਕੋਈ ਅਪੁਆਇੰਟ ਨਹੀਂ ਹੋਇਆ। ਉਮੀਦ ਹੈ ਸਰਕਾਰ ਜਲਦੀ ਹੀ ਇਸ ਬਾਰੇ ਕੁਛ ਕਦਮ ਉਠਾ ਰਹੀ ਹੈ ਅਤੇ ਸਾਡੀ ਹਸਪਤਾਲ ਮਰੀਜ਼ਾਂ ਤੋਂ ਕੀ ਅਪੀਲ ਕਰਨੀ ਚਾਹੁੰਦੇ ਹੋ ਕਰੋਨਾ ਵਾਇਰਸ ਦੇ ਵਿਚਾਰ? ਮੇਰੀ ਅਪੀਲ ਇਹ ਹੈ ਜੀ, ਜਿੱਦਾਂ ਮੈਂ ਪਹਿਲਾਂ ਦੱਸ ਚੁੱਕਿਆ, ਡਰਨ ਦੀ ਬਿਲਕੁਲ ਲੋੜ ਨਹੀਂ ਹੈ। ਆਪਣਾ ਬਚਾਅ ਹੀ ਇਹਦੇ ਵਿੱਚ ਸਭ ਤੋਂ ਵਧੀਆ ਇਲਾਜ ਹੈ। ਆਪਣੇ ਆਪ ਨੂੰ ਸਾਫ਼ ਸੁਥਰਾ ਰੱਖੋ, ਛਿੱਕਣ ਵੇਲੇ ਥੋੜ੍ਹੀ ਦੂਰੀ ਬਣਾ ਕੇ ਛਿੱਕੋ, ਆਪਣਾ ਮੂੰਹ ਢੱਕ ਕੇ ਭੀੜ ਵਾਲੀ ਜਗ੍ਹਾ 'ਤੇ ਜਾਓ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਇਹੋ ਜਿਹਾ ਲੱਛਣ ਜਿਹਦੇ 'ਚ ਖਾਂਸੀ ਹੈ, ਆਪਣਾ ਬੁਖਾਰ ਹੈ, ਮਰੀਜ਼ ਨੂੰ ਕੋਈ ਸਾਹ ਦੀ ਤਕਲੀਫ ਹੈ ਨਾ, ਤਾਂ ਉਸ ਤੋਂ ਦੂਰੀ ਬਣਾਓ। ਉਹਨੂੰ ਉਹਦੇ ਬਾਰੇ ਸਿਹਤ ਮਹਿਕਮੇ ਨੂੰ ਤੁਰੰਤ ਮਤਲਬ ਦੱਸਿਆ ਜਾਵੇ ਉਹਦੇ ਬਾਰੇ, ਤਾਂ ਕਿ ਅਸੀਂ ਵੀ ਉਹਦਾ। ਹੁਣ ਤੱਕ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਮਰੀਜ਼ ਆਇਆ ਸੁਲਤਾਨਪੁਰ ਲੋਧੀ ਹਸਪਤਾਲ 'ਚ? ਫਿਲਹਾਲ ਤੱਕ ਸਾਡੇ ਕੋਲ ਕੋਈ ਇਸ ਤਰ੍ਹਾਂ ਦਾ ਮਰੀਜ਼ ਨਹੀਂ ਹੈ।
ਨਾ ਦਾਖਲ ਹੈ। ਇੱਕ ਸਾਰ ਤੁਹਾਡੇ ਮਹਿਕਮੇ ਲਿਸਟ ਜਾਰੀ ਹੋ ਰਹੀ ਹੈ, ਉਸ ਵਿੱਚ 4 ਤੋਂ 5 ਮਿਲੀ ਸ਼ੱਕੀ ਬਿਤਾਏ ਜਾ ਰਹੇ। ਉਹ ਜਿਹੜੀ ਲਿਸਟ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਸ਼ੱਕੀ ਨਹੀਂ ਹਨ, ਉਹ ਟਰੈਵਲਰ ਹਨ ਜਿਹੜੇ ਕਿ ਬਾਹਰਲੀ ਕੰਟਰੀ 'ਚੋਂ ਆਏ ਹਨ। ਉਹਨਾਂ ਦਾ ਵੈਸੇ ਹੀ ਮੁਆਇਨਾ ਕੀਤਾ ਜਾ ਰਿਹਾ ਹੈ ਕਿ ਉਹਨਾਂ 'ਚ ਲੱਛਣ ਹੈ ਕਿ ਨਹੀਂ ਹੈ। ਅਤੇ ਜਿੰਨੇ ਕੁ ਅਸੀਂ ਹੁਣ ਤੱਕ ਸਾਡੇ ਕੋਲ ਲਿਸਟ ਆਈ ਹੈ, ਅਸੀਂ ਉਹਨਾਂ ਦਾ ਸਰਵੇ ਕਰ ਲਿਆ ਔਰ ਉਹਨਾਂ 'ਤੇ ਬਿਲਕੁਲ ਉਹ ਠੀਕ ਠਾਕ ਪਾਏ ਗਏ। ਜਿਹੜੇ ਮਾਸਕ ਨੇ ਅਤੇ ਸੈਨੀਟਾਈਜ਼ਰ ਜਿਹੜੇ ਤੁਸੀਂ ਹੋਸਪਿਟਲ ਵੱਲੋਂ ਫਰੀ ਦੇ ਰਹੇ ਹੋ ਜਾਂ ਇਹਦੀ ਕੋਈ ਕੋਸਟ? ਸਾਡੇ ਇਹ ਫਰੀ ਨਹੀਂ ਦੇ ਰਹੇ, ਅਸੀਂ ਸਿਰਫ ਸਾਡੇ ਆਪਣੇ ਜਿਹੜੇ ਸਟਾਫ ਹੈ ਉਹਨਾਂ ਵਾਸਤੇ ਹੈ। ਜੇ ਕੋਈ ਮਰੀਜ਼ ਵੀ ਆ ਜਾਂਦਾ ਹੈ, ਅਸੀਂ ਉਹਨਾਂ ਨੂੰ ਉਹਨਾਂ ਤੋਂ ਪ੍ਰੋਟੈਕਸ਼ਨ ਵਾਸਤੇ ਉਹਨਾਂ ਨੂੰ ਵੀ ਦਿੰਦੇ ਹਾਂ। ਠੀਕ, ਕਿ ਇਸ ਵਾਇਰਸ ਤੋਂ ਇਹਤਿਆਤ ਵਰਤਣਾ ਬਹੁਤ ਜ਼ਰੂਰੀ ਹੈ, ਪਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਇਸ ਵਾਇਰਸ ਨੂੰ ਹਲਕੇ ਵਿੱਚ ਨਾ ਲਿੱਤਾ ਜਾਵੇ, ਕਿਉਂਕਿ ਅਗਰ ਹਸਪੀਟਲ ਪ੍ਰਸ਼ਾਸਨ ਦੇ ਕੋਲ ਹੀ ਇਸ ਵਾਇਰਸ ਤੋਂ ਨਿਪਟਣ ਵਾਸਤੇ ਪੂਰੇ ਪੁਖਤਾ ਪ੍ਰਬੰਧ ਨਹੀਂ ਹੋਣਗੇ, ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਗਰ ਇਹ ਵਾਇਰਸ ਰੱਬ ਨਾ ਕਰੇ ਕੱਲ੍ਹ ਨੂੰ ਕਿਸੇ ਵੱਡੀ ਮਹਾਂਮਾਰੀ ਦਾ ਰੂਪ ਧਾਰਨ ਕਰ ਲੈਂਦਾ ਹੈ, ਤਾਂ ਉਸ ਮਾਹੌਲ ਦੇ ਵਿੱਚ ਕੀ ਸਾਡਾ ਸਿਹਤ ਵਿਭਾਗ ਆਪ ਕਾਮਯਾਬ ਹੋਵੇਗਾ ਜਾਂ ਆਪ ਵੀ ਮੰਜਿਆਂ ਤੇ ਪਿਆ ਹੋਵੇਗਾ? ਇਹ ਗੱਲ ਸੋਚ ਕੇ ਇੱਕ ਡਰ ਦਾ ਮਾਹੌਲ ਜ਼ਰੂਰ ਜ਼ਹਿਨ ਵਿੱਚ ਪੈਦਾ ਹੁੰਦਾ ਹੈ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਖੰਡ ਬਣੀ ਵਾਸਤੇ ਕਪੂਰਥਲਾ ਸੁਲਤਾਨਪੁਰ ਲੋਧੀ ਤੋਂ ਨਿਰਮਲ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ। ਜਿਹੜਾ ਹੈਂਡ ਵਾਸ਼ ਕਰਨ ਵਾਲਾ ਸੈਨੀਟਾਈਜ਼ਰ ਵਾ, ਉਹ ਤਾਂ ਬਿਲਕੁਲ ਨਹੀਂ ਮਿਲ ਰਿਹਾ, ਅਤੇ ਜਿਹੜਾ ਮਾਸਕ ਵਾ ਉਹ 10 ਰੁਪਏ ਦੀ ਚੀਜ਼ ਆ, ਅਤੇ ਉਹ ਜੇ ਬਲੈਕ 'ਚ ਮਿਲਦਾ ਉਹ 30 ਰੁਪਏ ਦਾ ਮਿਲ ਰਿਹਾ ਇਸ ਟਾਈਮ ਸਾਨੂੰ। ਅਤੇ ਅਸੀਂ ਚਾਹੁੰਦੇ ਹਾਂ ਕਿ ਜਨਤਾ ਦੀ ਰੱਖਿਆ ਕਰਨ ਲਈ ਇਹ ਚੀਜ਼ਾਂ ਸਾਨੂੰ ਤੁਰੰਤ ਮਿਲ ਜਾਣ, ਅਤੇ ਜਨਤਾ ਇਸ ਵਾਇਰਸ ਤੋਂ ਬਚ ਸਕੇ। ਪਰ ਆਪਾਂ ਜਿੱਦਾਂ ਸੁਲਤਾਨਪੁਰ ਸ਼ਹਿਰ ਵਿੱਚ ਆ, ਮੈਂ ਕਾਫੀ ਦੁਕਾਨਾਂ 'ਤੇ ਗਿਆ ਸੈਨੀਟਾਈਜ਼ਰ ਹੱਥ ਧੋਣ ਵਾਸਤੇ ਲੈਣ ਵਾਸਤੇ, ਕਿਉਂਕਿ ਇਹ ਸਕੂਲਾਂ ਵਿੱਚ ਕੰਪਲਸਰੀ ਕਰ ਦਿੱਤਾ ਬੱਚਿਆਂ ਕੋਲ ਸੈਨੀਟਾਈਜ਼ਰ ਅਤੇ ਮਾਸਕ ਹੋਣਾ ਜ਼ਰੂਰੀ ਆ। ਪਰ ਮੈਂ ਕਾਫੀ ਦੁਕਾਨਾਂ 'ਤੇ ਇੱਥੇ ਜਿੱਦਾਂ ਫਿਰਿਆ, ਸਾਨੂੰ ਨਾ ਹੀ ਸੈਨੀਟਾਈਜ਼ਰ ਮਿਲਿਆ ਹੈ ਨਾ ਮਾਸਕ ਮਿਲਿਆ ਹੈ। ਸਕੂਲਾਂ ਵਿੱਚ ਕੰਪਲਸਰੀ ਹੋਣ ਕਰਕੇ ਇਸਦੀ ਕਾਲਾਬਜ਼ਾਰੀ ਵੀ ਕਾਫੀ ਵੱਧ ਗਈ ਹੈ। ਜਿਹੜਾ ਮਾਸਕ ਅੱਗੇ 2 ਰੁਪਏ ਦਾ ਸੀ, ਉਹ 25-25, 30-30 ਰੁਪਏ ਦਾ ਸਾਨੂੰ ਮਿਲ ਰਿਹਾ ਜੀ। ਅਤੇ ਇਹ ਸਰਕਾਰ ਨੂੰ ਤਾਂ ਇਹ ਚਾਹੀਦਾ, ਸਗੋਂ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਨੇ ਹਫ਼ਤਾ ਜਾਂ 2 ਹਫ਼ਤਿਆਂ ਲਈ। ਅਤੇ ਉਹਦੀ ਬਜਾਏ ਇਹ ਕਹਿ ਰਹੇ ਆ ਬੱਚਿਆਂ ਕੋਲ ਸੈਨੀਟਾਈਜ਼ਰ ਹੋਣਾ ਚਾਹੀਦਾ, ਮਾਸਕ ਹੋਣਾ ਚਾਹੀਦਾ। ਛੋਟੇ ਬੱਚਿਆਂ ਦੇ ਹੁਣ ਹੱਥ ਉੱਥੇ ਕੌਣ ਧਵਾਊਗਾ? ਇਹਦੇ ਵਿੱਚ ਸਾਨੂੰ ਕਾਫੀ ਦਿੱਕਤ ਆ ਰਹੀ ਹੈ, ਅਤੇ ਪੇਰੈਂਟਸ ਨੂੰ ਆਪਣੇ ਬੱਚਿਆਂ ਲਈ ਕਾਫੀ ਡਰ ਵੀ ਲੱਗ ਰਿਹਾ। ਇਹ ਤਾਂ ਸਕੂਲਾਂ ਵਿੱਚ ਇਹ ਚਾਹੀਦਾ ਕਿ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਨੇ।